ਸ਼ਾਸਤ੍ਰ ਬਹੁ ਸਿਮ੍ਰਤੀ ਪੇਖੇ ਸਰਬ ਢੰਡੋਲ ਊਜਸ ਨਾਹੀ ਘਰ ਘਰੇ ਨਾਨਕ ਨਾਮ ਬੀਜ ਸੰਤੋਖ ਸੁਹਾਗਾ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਨਾਮ ਬੀਜ ਸੰਤੋਖ ਸੁਹਾਗਾ ਜਪੋ ਨਾਮ ਬੀਜ ਸੰਤੋਖ ਸੁਹਾਗਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਇਸ ਸ਼ਬਦ ਵਿੱਚ ਹਮ ਕਲ ਜੁਗੀ ਜੀਵੋ ਕੋ ਸੁਮਤੀ ਦੇ ਰਹੇ ਹੈ, ਉਪਦੇਸ਼ ਦੇ ਰਹੇ ਹੈ। ਨਾਮ ਬੀਜ ਸੰਤੋਖ ਸੁਹਾਗਾ, ਨਾਮ ਕਾ ਬੀਜ ਬੋਵੋ, ਸੰਤੋਖ ਕਾ ਸੁਹਾਗਾ ਕਰੋ। ਰੱਖ ਗਰੀਬੀ ਵੇਸ, ਗਰੀਬੀ ਕਾ ਮਤਲਬ ਹੈ ਨਿਮਰਤਾ। ਗੁਰੂ ਨਾਨਕ ਕੇ ਘਰ ਮੇਂ ਗਰੀਬੀ ਕਾ ਮਤਲਬ ਭੁੱਖ ਮਰੀ ਜਾਂ ਕੰਗਾਲੀ ਨਹੀਂ ਹੈ। ਗੁਰਦੇਵ ਕਹਿਤੇ ਹੈਂ ਜਹਾਂ ਨਾਮ ਜਪਣਾ ਹੈ, ਸਬਰ ਔਰ ਸੰਤੋਖ ਕਾ ਜੀਵਨ ਜੀਣਾ ਹੈ, ਵਹਾਂ ਨਿਮਰਤਾ ਵੀ ਰੱਖਣੀ ਹੈ। ਪਿਆਰ ਸੇ ਬੋਲੋ ਸ੍ਰੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੀਰਾਂ ਵਾਲੇ ਬਚਨ ਕਰਤੇ ਤੇ ਨਿਮਰਤਾ ਬਰਤਨ ਹੈ, ਨਾਮ ਪਦਾਰਥ ਹੈ। ਜਿਸ ਤਰ੍ਹਾਂ ਕੋਈ ਹਮ ਵਸਤੂ ਲੈਣੇ ਜਾਤੇ ਹੈ, ਜੇ ਦੁੱਧ ਵਾਲੇ ਦੀ ਦੁਕਾਨ ਤੇ ਜਾਈਏ ਭਾਂਡਾ ਲੈ ਕੇ ਜਾਂਦੇ ਹਾਂ, ਕੋਈ ਹੋਰ ਵਸਤੂ ਪਾਣੀ ਹੋਵੇ ਭਾਂਡੇ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਜਬ ਗੁਰੂ ਸੇ ਨਾਮ ਕੀ ਦਾਤ ਮੰਗਣੇ ਆਓਗੇ ਤਾਂ ਨਿਮਰਤਾ ਕਾ ਭਾਂਡਾ ਹੋਵੇ ਕੋਲ। ਪਿਆਰ ਸੇ ਬੋਲੋ ਸ੍ਰੀ ਤਾਂ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇ ਸਾਰੇ ਪਿਆਰ ਨੂੰ ਜਪਿਓ। ਨਾਮ ਬੀਜ ਸੰਤੋਖ ਸੁਹਾਗਾ ਸਾਰੇ ਜਪੋ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਰੱਖ ਗਰੀਬੀ ਵੇਸ
ਗਰੀਬੀ ਵੇ ਰੱਖ ਗਰੀਬੀ ਵੇ ਹੋ ਨਾਮ ਬੀਜ ਨਾਮ ਬੀਜ ਸੰਤੋਖ ਸੁਹਾਗਾ ਜਪ ਨਾਮ ਬੀਜ ਨਾਮ ਬੀਜ ਸੰਤੋਖ ਸੁਹਾਗਾ ਮਨ ਗਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਦ ਮਨ ਗਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਦ ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾ ਕਰਮ ਕਰ ਜਮਸੀ ਸੇ ਘਰ ਭਾਗਟ ਦੇਖ ਸੇ ਘਰ ਭਾਗਟ ਦੇਖ ਨਾਮ ਵੀ ਨਾਮ ਵੀ ਸੰਤੋਖ ਸੁਹਾਗਾ ਨਾਮ ਬੀਜ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਰੱਖ ਗਰੀਬੀ ਵੇਸ ਰੱਖ ਗਰੀਬੀ ਵੇਸ ਰੱਖ ਗਰੀਬੀ ਵੇਸ ਨਾਮ ਵੀ ਨਾਮ ਬੀਜ ਸੰਤੋਖ ਸੁਹਾਗਾ ਨਾਮ ਬੀਜ ਸੰਤੋਖ ਸੁਹਾਗਾ ਮਾਇਆ ਸਾਥ ਨ ਹੋਏ ਮਾਇਆ ਸਾਥ ਨ ਹੋਏ ਜਪੋ ਬਾਬਾ ਮਾਇਆ ਸਾਥ ਨ ਹੋਵੇ ਮਾਇਆ ਸਾਥ ਨ ਹੋਵੇ ਇਨ ਮਾਇਆ ਜਗ ਮੋਹਿਆ ਇਨ ਮਾਇਆ ਜਗ ਮੋਹਿਆ ਬਿਰਲਾ ਬੂਝੇ ਕੋਏ ਨਾਮ ਵੀ
ਨਾਮ ਬੀਜ ਸੰਤੋਖ ਸੁਹਾਗਾ, ਨਾਮ ਬੀਜ, ਨਾਮ ਬੀਜ ਸੰਤੋਖ ਸੁਹਾਗਾ। ਰੱਖ ਗਰੀਬੀ ਵੇਸ, ਰੱਖ ਗਰੀਬੀ ਵੇਸ, ਰੱਖ ਗਰੀਬੀ ਵੇਸ, ਰੱਖ ਗਰੀਬੀ ਵੇਸ, ਨਾਮ ਬੀਜ, ਨਾਮ ਬੀਜ ਸੰਤੋਖ ਸੁਹਾਗਾ, ਨਾਮ ਬੀਜ, ਨਾਮ ਬੀਜ ਸੰਤੋਖ ਸੁਹਾਗਾ। ਹਾਂ ਘਟ ਕਰ ਆਰ ਜਾ, ਸੱਚ ਨਾਮ ਕਰਵਤ, ਹਾਂ ਘਟ ਕਰ ਆਰ ਜਾ, ਸੱਚ ਨਾਮ ਕਰਵਤ, ਸੁਰਤ ਸੋਚ ਕਰ ਪਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ, ਵਣ ਜਾਰੀਆਂ ਸਿਓ ਵਣਜ ਕਰ, ਲੈ ਲਗਾ ਮਨ ਹੱਸ, ਲੈ ਲਗਾ ਮਨ ਹੱਸ, ਨਾਮ ਬੀਜ, ਨਾਮ ਬੀਜ ਸੰਤੋਖ ਸੁਹਾਗਾ, ਜਪ ਨਾਮ ਬੀਜ, ਨਾਮ ਬੀਜ ਸੰਤੋਖ ਸੁਹਾਗਾ। ਰੱਖ ਗਰੀਬੀ ਵੇਸ, ਰੱਖ ਗਰੀਬੀ ਵੇਸ, ਰੱਖ ਗਰੀਬੀ ਵੇਸ, ਰੱਖ ਬੀਜ, ਨਾਮ ਬੀਜ ਸੰਤੋਖ ਸੁਹਾਗਾ, ਸਾਰੇ ਜਪੋ ਨਾਮ ਬੀਜ, ਨਾਮ ਬੀਜ ਸੰਤੋਖ ਸੁਹਾਗਾ। ਸਤ
ਸੌਦਾਗਰੀ ਸੱਤ ਕੋੜੇ ਲੈ ਚੱਲ ਖਰਚ ਬੰਨ ਚੰਗੀਆਂ ਮਤ ਮਨ ਜਾਣੇ ਕੱਲ ਨਿਰੰਕਾਰ ਕੇ ਦੇਸ਼ ਜਾਏ ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲੈ ਮਹੱਲ ਤਾਂ ਸੁਖ ਲੈ ਮਹੱਲ ਨਾਮ ਬੀਜ ਨਾਮ ਬੀਜ ਸੰਤੋਖ ਸੁਹਾਗਾ ਸਾਰੇ ਜਪੋ ਨਾਮ ਬੀਜ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਰੱਖ ਰੱਖ ਗਰੀਬੀ ਵੇਸ ਰੱਖ ਗਰੀਬੀ ਵੇਸ ਨਾਮ ਬੀਜ ਨਾਮ ਬੀਜ ਸੰਤੋਖ ਸੁਹਾਗਾ ਨਾਮ ਬੀਜ ਨਾਮ ਬੀਜ ਸੰਤੋਖ ਸੁਹਾਗਾ ਕਰ ਚਾਕਰੀ ਮਨ ਨਾਮ ਕਰ ਕੰਮ ਲਾਏ ਚੀਤ ਕਰ ਚਾਕਰੀ ਮਨ ਨਾਮ ਕਰ ਕੰਮ ਬਨ ਬਲਦੀਆਂ ਕਰ ਆਵਣੀ ਤਾਂ ਕੋ ਆਖੇ ਤਨ ਨਾਨਕ ਵੇਖੇ ਨਦਰ ਕਰ ਨਾਨਕ ਵੇਖੇ ਨਦਰ ਕਰ ਉਚੜੇ ਚਵੰਗਣ ਵਨ ਚੜੇ ਚੁਮੰਗਣ ਮਨ ਨਾਮ ਬੀਜ ਨਾਮ ਬੀਜ ਸੰਤੋਖ ਸੁਹਾਗਾ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਰੱਖ ਗਰੀਬੀ ਵੇਸ
ਰੱਖ ਗਰੀਬੀ ਵੇਸ ਵੇਸ ਰੱਖ ਗਰੀਬੀ ਵੇਸ ਸੇਵੋ ਜੀ ਨਾਮ ਬੀਜ ਨਾਮ ਬੀਜ ਸੰਤੋਖ ਸੁਹਾਗਾ ਨਾਮ ਬੀਜ ਨਾਮ ਬੀਜ ਸੰਤੋਖ ਸੁਹਾਗਾ ਸਤਨਾਮ ਵਾਹਿਗੁਰੂ 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 ਜੁੜ ਜਾ ਵਾਹਿਗੁਰੂ 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 ਕਿਰਪਾ ਵਾਹਿਗੁਰੂ 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 ਜੁੜ ਜਾ ਵਾਹਿਗੁਰੂ 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 ਨਾਮ ਬੀਜ ਸੰਤੋਖ ਸੁਹਾਗਾ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਹੋ ਰੱਖ ਗਰੀਬੀ ਵੇਸ ਰੱਖ ਗਰੀਬੀ ਵੇਸ ਰੱਖ ਗਰੀਬੀ
बीज नाम बीज संतोख सुहारा नाम बीज संतोख सुहारा बोले संतोख सुहागा रख गरीबी वेश नाम प्रभु का बीजो धन बाबा नानक सिंह जी एक धारणा पढ़ाते थे अपने कीर्तनीय संत बाबा सुजान सिंह जी से के नाम बीज लो कर्मा वाले हो आ गई रुत बीजने दी क्योंकि कुरुता बीज बोया जावे तो बीज ही खराब हो जाता है। प्यार से जपो श्री ये दास वचन हिंदी में इसलिए कर रहे हैं कि बहुत प्यारी गुरु नानक की सिंधी संगत उलास नगर महाराष्ट्र बंबई के पास जहां बहुत ठेठ पंजाबी यहां संगत नहीं समझती इसलिए जतन कर रहे हैं कि आपको गुरु नानक की बात समझ आ जाए गुरबाणी जो कह रही है हमको सोझी पड़ जाए। तो गुरु नानक सच्चे पातशाह कहते हैं नाम बीज संसार में मानुख जन्म मिलिया ही नाम जपने के लिए और सेवा करने के लिए। प्यार से जपो श्री मानुख जन्म जेड़ा मिलिया है ना 84 लाख जूनियों की सरदारी है। आज तक किसी भी साइंसदान ने चैलेंज नहीं किया कि 84 लाख जून नहीं है 85 लाख है या 83 लाख है। गुरु ग्रंथ साहब में सच्चे पातशाह ने पहले ही लिख देता 84 लाख जून है जल में और थल में। प्यार से बोलो श्री कोई चैलेंज नहीं कर सकता गुरु ग्रंथ साहब की बाणी का। सतगुरु कहते 84 लाख जूनियों में से सरदारी बख्शी परमेश्वर ने इस मानुख को ज्ञान बख्शा मानुष को चार बातें पशु और मनुष्य में बराबर हैं भोजन निंद्रा भय और भोग। नींद हम भी करते हैं मनुष्य नींद पशु भी करता है बस फर्क कितना है हम सुंदर मकान बना लेते हैं बीच में नरम पलंगों पे गद्दे बिछा के रात को सो जाते हैं पर जब नींद आती है ना इंसान को पता है मैं अंदर कमरे में सोया हूं एयर कंडीशन कमरे में गद्दे पे ना पशु को पता है मैं किले से बाहर बदाऊ सो गया हूं। प्यार से बोलो श्री सोया ते मोया एक बराबर नींद दोनों की बराबर। दूसरा भोजन शरीर को पालने के लिए इंसान भी भोजन करता है और पशु भी भोजन करता है चारा खाता है घास खाता है और कई चीजें खा ले दोनों का पेट भर गया
तीसरा भय डर, अपने से ताकतवर का डर इंसान को भी है और डंडे से पशु को भी डर लगता है। और चौथा है भोग, असपुरख समान पर क्या खूबी है मनुष्य तेरे अंदर, जो 84 लाख जूनियों का तुझे भगवान ने, परमात्मा ने, खुदा ने, उस अल्लाह ताला ने सरदार बनाया सबसे बड़ा। मनुष्य के पास ज्ञान है, पशु के पास ज्ञान कोई नहीं। प्यार से जपो श्री, आपके पास ज्ञान है ना, कोई बंबई मुंबई से चल के आया है, कोई दिल्ली से, कोई लुधियाने से, उल्लासनगर से, कहां कहां से इलाकों से चल के आए हैं संगत रूप में। मनुष्य को ज्ञान है, आज संतों का दिन है, आज गुरुओं का दिन है, मैं वहां सत्संग में बैठ के नाम जपांगा, सेवा करांगा, मेरा भला होवेगा। प्यार से जपो श्री। पशु बाहर गली में घूम रहे, कितने पशु घूम रहे हैं, किसी को अकल नहीं आई भाई मैं भी सत्संग में बैठ के नाम जप लूं। बस ये जो ज्ञान दिया है परमात्मा ने मनुष्य ने दिया, ये मानुक जन्म मिलिया ही भक्ति के लिए, सिमरन के लिए, प्रभु आराधना के लिए, उस अकाल पुरख की पूजा करने के लिए और मानुष्य मात्र की सेवा करने के लिए। प्यार से जपो श्री। गुरु नानक साहब जी कहते हैं, नाम बीज संतोख सुहागा रख गरीबी वे। देख ख्याल रखना, जब खेती तैयार हो जाती है ना तो किसान वाड़ी लगा के रखता है, मते कोई पशु डंगर कोई जानवर मेरी खेती को खराब ना कर जाए। इससे तरह जो जपन वाले महापुरुष, बंदगी करने वाले संत होते हैं, प्रभु ईश्वर से जुड़े हुए जो होते हैं, वो अपनी भक्ति सिमरन तपस्या नित्यनेम पुण्य दान अच्छे कर्मों को एक निम्रता की वाड़ी लगा के रखते हैं कि कहीं अहंकार रूपी पशु मेरे नाम जपने की खेती को खराब ना कर दे। बोले सो निहाल श्री अकाल। कभी जीवन देखो बाबा जोगिंदर सिंह मोनी साहब जी का, एडी निम्रता। गुरु गोविंद सिंह महाराज जी के दर दे सेवादार, सारी जिंदगी सेवा विच ला दिती और बाबा जी से जब कोई बात करता था निम्रता दे नाल बाबा जी के मुख से ऐसे वचन निकलते थे जैसे फूल गिर रहे हों। प्यार से बोलो श्री। धन बाबा नंद सिंह जी ने बंदगी की थी, निम्रता और गरीबी देखो, हृदय में हलीमी देखो। संत बाबा सुजान सिंह जी एक वचन सुनाते थे, कहते थे पूर्णमासी का दिन था जैसे आज पूर्णमासी की रात है। प्यार से बोलो श्री। बाबा जी के दरबार में बहुत संगत होती है पूर्णिया ते, पूर्णमासी लखां संगतां दूरों दूरों दर्शन करने। आज भी नानक सर कलेरां ठाट पे जाओ ना बाबा जी के, बेअंत संगतां गुरु नानक के चरणों में नतमस्तक होने आती, ये उस पूर्ण महापुरुष की कमाई है। जैसे आज यहाँ संत बाबा थायरा सिंह जी, संत बाबा मेहरबान सिंह जी, उनकी कमाई को संगत आ रही है दर्शनों को गुरु ग्रंथ साहब जी के। प्यार से जपो श्री। महापुरुष क्या देता है? महापुरुष सानू नाम जपन का उत्साह देता है।
ਬੰਦਗੀ ਕਰਨੇ ਕਾ ਉਤਸ਼ਾਹ ਦਿੰਦਾ, ਅੰਮ੍ਰਿਤ ਵੇਲੇ ਉੱਠਣ ਦਾ ਉਤਸ਼ਾਹ ਦਿੰਦਾ। ਬਾਬਾ ਆਨੰਦ ਸਿੰਘ ਜੀ ਮਹਾਰਾਜ ਸਨ, ਸੁਜਾਨ ਸਿੰਘ ਜੀ ਬਚਨ ਸੁਨਾਤੇ ਤੇ ਪੂਰਨਮਾਸ਼ੀ ਕਾ ਦਿਨ ਥਾ। ਆਜ ਅੰਦਾਜ਼ਾ ਲਗਾਇਆ ਗਿਆ ਬਈ ਕਿਤਨੀ ਸੰਗਤ ਆਈ ਹੈ, ਤਾਂ ਕਿਸੇ ਨੇ ਕਿਹਾ ਬਾਬਾ ਜੀ ਅੱਜ 1,00,000 ਸੇ ਵੀ ਉੱਪਰ ਸੰਗਤ ਆਈ ਹੈ। ਪਿਆਰ ਸੇ ਜਪੋ ਸ੍ਰੀ ਵਾਹਿਗੁਰੂ। ਬਾਬਾ ਜੀ ਜਹਾਂ ਬੈਠਤੇ ਥੇ ਨਾ, ਸਭਸੇ ਊਚਾ ਆਸਨ ਗੁਰੂ ਗ੍ਰੰਥ ਸਾਹਿਬ ਦਾ, ਉਸੇ ਨੀਚਾ ਆਸਨ ਕੀਰਤਨ ਕਰਨੇ ਵਾਲੋਂ ਕਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਮਰਦਾਨਿਆ ਤੂੰ ਮੇਰਾ ਭਾਈ ਹੈ। ਪਿਆਰ ਸੇ ਬੋਲੋ ਸ੍ਰੀ ਵਾਹਿਗੁਰੂ। ਕੋਈ ਢਾਡੀ ਕੋਈ ਕੀਰਤਨੀਆ ਆਪਣੇ ਆਪ ਕੋ ਨੀਵਾ ਨਾ ਸਮਝੇ, ਇਹ ਸੰਤ ਬਾਬਾ ਸੁਜਾਨ ਸਿੰਘ ਜੀ ਕਾ ਬਚਨ ਹੈ। ਉਹ ਕੀਰਤਨ ਕਰਨ ਵਾਲਾ ਤਾਂ ਗੁਰੂ ਨਾਨਕ ਕੋ ਭੋਜਨ ਕਰਾਤਾ ਹੈ, ਭੋਜਨ ਹਰ ਅੰਮ੍ਰਿਤ ਨਾਮ ਭੋਜਨ ਨਿਤ ਗੁੰਚੋ ਸਰਬ ਵੇਲਾ ਮੁਖ ਪਾਓ, ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਓ। ਸੰਗਤ ਆਈ ਸਭਸੇ ਉੱਚਾ ਆਸਨ ਗੁਰੂ ਗ੍ਰੰਥ ਸਾਹਿਬ ਕਾ, ਉਸੇ ਨੀਵਾਂ ਆਸਨ ਕੀਰਤਨ ਕਰਨ ਵਾਲੋਂ ਕਾ, ਉਸੇ ਜੋ ਹਾਲ ਭਰਿਆ ਸੀ ਸਾਰਾ ਪੰਡਾਲ ਭਰਿਆ ਸੀ, ਸੰਗਤ ਬੈਠੀ ਹੈ ਔਰ ਬਾਬਾ ਆਨੰਦ ਸਿੰਘ ਜੀ ਟੋਆ ਪੁੱਟ ਕੇ, 1.5 ਫੁੱਟ ਟੋਆ ਪੁੱਟ ਕੇ, ਗੱਢਾ ਖੋਦ ਕੇ ਨੀਚੇ ਬੈਠਤੇ ਥੇ, ਕਹਿਤੇ ਥੇ ਮੈਂ ਸਭਸੇ ਨੀਵਾਂ ਹਾਂ, ਮੈਂ ਤਾਂ ਸੰਗਤ ਕੇ ਸਾਥ ਵੀ ਨਹੀਂ ਬੈਠ ਸਕਤਾ। ਪਿਆਰ ਸੇ ਬੋਲੋ ਸ੍ਰੀ ਵਾਹਿਗੁਰੂ। ਐਸੀ ਨਿਮਰਤਾ ਕਈ ਮਿਲੇਗੀ ਜਿਨਕੋ ਰੋਜ਼ ਗੁਰੂ ਗ੍ਰੰਥ ਸਾਹਿਬ ਸੇ ਗੁਰੂ ਨਾਨਕ ਕੇ ਦਰਸ਼ਨ ਹੋ ਰਹੇ ਹੈ, ਜੋ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲਗਾਤੇ ਹੈ ਪ੍ਰਤੱਖ ਗੁਰੂ ਨਾਨਕ ਜਾਣ ਕੇ, ਔਰ ਸਭਸੇ ਨੀਵੇਂ ਬੈਠੇ ਹੈ ਸੰਗਤ ਮੈਂ, ਤੋ ਜੋ ਸੰਗਤ ਆਈ ਥੀ ਦੂਰ ਦੂਰ ਸੇ ਵੋ ਬਾਬਾ ਜੀ ਕਾ ਦਰਸ਼ਨ ਕਰਨਾ ਚਾਹਤੀ ਥੀ, ਹਰ ਇੱਕ ਕੇ ਮਨ ਮੇਂ ਇੱਛਾ ਹੋਤੀ ਹੈ ਮੈਂ ਸੰਤ ਕਾ ਦਰਸ਼ਨ ਕਰ। ਤੋ ਜੋ ਪੀਛੇ ਖੜੇ ਥੇ ਵੋ ਖੜੇ ਹੋ ਗਏ, ਜੋ ਉਨਸੇ ਪੀਛੇ ਖੜੇ ਥੇ ਵੋ ਵੀ ਖੜੇ ਹੋ ਗਏ, ਜੋ ਔਰ ਪੀਛੇ ਬੈਠੇ ਥੇ ਵੋ ਸ਼ੋਰ ਮਚਾਨੇ ਲਗੇ, ਬਈ ਬੈਠ ਜਾਓ ਹਮੇ ਵੀ ਦਰਸ਼ਨ ਕਰਨੇ ਦੋ। ਰੋਲਾ ਪੈ ਗਿਆ ਦੀਵਾਨ ਮੇਂ, ਸ਼ੋਰ ਮਚ ਗਿਆ। ਬਾਬਾ ਜੀ ਨੇ ਸੇਵਾਦਾਰੋਂ ਕੋ ਬੁਲਾਇਆ, ਬਈ ਸ਼ੋਰ ਕਿਉਂ ਮਚ ਰਿਹਾ ਹੈ, ਕੀਰਤਨ ਕਾ ਸਮਾਂ ਹੈ ਬਈ, ਗੁਰੂ ਨਾਨਕ ਕੀ ਬੰਦਗੀ ਕਰਨੇ ਕਾ ਸਮਾਂ ਹੈ, ਜੁੜਨੇ ਕਾ ਸਮਾਂ ਹੈ, ਆਪ ਸ਼ੋਰ ਮਚਾ ਰਹੇ ਸਨ। ਬੋਲਾ ਬਾਬਾ ਜੀ ਆਪਕੇ ਦਰਸ਼ਨ ਨਹੀਂ ਹੋ ਰਹੇ ਨਾ, ਇਸ ਲਈ ਜੋ ਪੀਛੇ ਖੜੇ ਹੈ ਉਨਕੇ ਜੋ ਪੀਛੇ ਬੈਠੇ ਹੈ ਉਨਕੋ ਦਰਸ਼ਨ ਨਹੀਂ ਹੋਤਾ, ਵੋ ਸ਼ੋਰ ਮਚਾਤੇ। ਤੇ ਬਾਬਾ ਜੀ ਕਹਿਣ ਲੱਗੇ ਵਕਤ ਜਾਂਦਾ ਹੈ ਸੰਗਤ ਕੋ ਚੁੱਪ ਕਰਾਓ। ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਹੋ ਗਿਆ, ਸੇਵਾਦਾਰਾਂ ਨੇ ਕਿਹਾ ਬਾਬਾ ਜੀ ਹਮਸੇ ਤੋਂ ਜੇ ਸੰਗਤ ਕੰਟਰੋਲ ਨਹੀਂ ਹੋ ਰਹੀ। ਪਿਆਰ ਸੇ ਬੋਲੋ ਸ੍ਰੀ ਵਾਹਿਗੁਰੂ। ਸੰਗਤ ਬਹੁਤ ਹੈ, ਸ਼ੋਰ ਮੱਚ ਰਿਹਾ, ਹਮਸੇ ਕੰਟਰੋਲ ਨਹੀਂ ਹੋ ਰਿਹਾ, ਕਾਬੂ ਨਹੀਂ ਹੋ ਰਿਹਾ। ਬਾਬਾ ਜੀ ਕਹਿਣ ਲੱਗੇ ਅੱਛਾ ਫਿਰ ਐਸਾ ਕਰੋ ਬਾਹਰ ਇੱਕ ਬੜਾ ਸਟੇਜ ਲਗਾਓ। ਬਾਬਾ ਜੀ ਆਪ ਉੱਪਰ ਬੈਠੇਂਗੇ? ਬੋਲੇ ਸੰਗਤ ਕੋ ਦਰਸ਼ਨ ਦੇਣੇ ਹੈ ਨਾ, ਸਟੇਜ ਲਗਾਓ ਇੱਕ ਉੱਚੀ ਉੱਚੀ ਸਟੇਜ ਲੱਗ ਗਈ। ਬਾਬਾ ਜੀ ਕਹਿਣ ਲੱਗੇ ਅੱਛੀ ਵਿਛਾਈ ਕਰ ਦਿਓ ਉਸ ਪੇ। ਅੱਛੀ ਵਿਛਾਈ ਹੋ ਗਈ। ਬਾਬਾ ਜੀ ਨੇ ਕਿਹਾ ਉੱਪਰ ਚਾਂਦਨੀ ਵੀ ਲਗਾਓ। ਸੇਵਾਦਾਰ ਬੜੇ ਹੈਰਾਨ, ਜਾਂ ਤਾਂ ਉੱਪਰ ਨਹੀਂ ਬੈਠਦੇ ਥੇ ਜਾਂ ਚਾਂਦਨੀ ਲਗਾ ਕੇ ਬੈਠੇਂਗੇ। ਉੱਪਰ ਚੰਦੋਆ ਸਾਹਿਬ ਵੀ ਲੱਗ ਗਿਆ,
धन बाबा नंद सिंह जी कहने लगे, अब गुरु ग्रंथ साहब को लाओ, आसन लगा के गुरु ग्रंथ साहब का प्रकाश करो, मैं पीछे चौर लेके सेवा करूंगा, जिसने देखना मुझे देख लो। वही गुरु ग्रंथ साहब का सेवादार बन के ता मुझे कोई बेशक देखे, पर जे कोई समझे मैं कोई संत हां कोई महात्मा हां ता मैं नहीं, मैं ता किले गड़न वाला, मैं ता रोज अरदास करना गुरु नानक मुझे अपना सिख बना ले, प्यार से जपो श्री मुझे अपना सिख बना ले। भाई लालो की अंश में थे, धन बाबा नंद सिंह किले गड़न वाला, सारा एमनाबाद छड के जे हलीमी थी निम्रता थी भाई लालो के अंदर, ता गुरु नानक भाई लालो के घर गया ना। इसी तरह जिसके अंदर हलीमी निम्रता गरीबी होगी, गरीबी का मतलब दासा भाव, निम्रता, उसके हृदय रूपी घर में आज गुरु नानक जरूर फेरा पाएगा। आज पूर्णमासी है, आज बंदगी दी रात है, जुड़न दी रात, आओ बाबा जी तारना पढ़ांदे सन, नाम बीज लो भागा वालियो आ गई रुत बीजने दी, नाम बीज लो भागा वालियो आ गई रुत बीजने दी, नाम बीज लो कर्मा वालियो आ गई रुत बीजने दी, रुत बीजने दी, आगी रुत बीजने दी, आगी रुत बीजने दी, नाम बीज लो भागा वाले ओ आगी रुत बीजने दी, नाम बीज लो बीजने दी, आगे रुत बीजने दी, नाम बीज लो भागा वाले ओ भागा वाले ओ आगे रुत बीजने दी, नाम जी।
ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਹਰ ਜਪੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਬਾਬਾ 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 ਨਾਨਕ, ਵਾਹਿਗੁਰੂ 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 ਵਾਹਿਗੁਰੂ, ਨਾਮ ਬੀਜ ਲੋ ਬਾਗਾਂ ਵਾਲਿਓ, ਕਰਮਾਂ ਵਾਲਿਓ, ਆ ਗਈ ਰੁੱਤ ਬੀਜਣੇ ਦੀ, ਨਾਮ ਪਾਗਾਂ ਵਾਲਿਓ, ਆ ਗਈ ਰੁੱਤ ਬੀਜਣੇ ਦੀ, ਨਾਮ ਬੀਜ ਲੋ ਪਾਗਾਂ ਵਾਲਿਓ, ਆ ਗਈ ਰੁੱਤ ਬੀਜਣੇ ਦੀ। ਸਤਿ ਸੰਗਤ ਜਪੋ ਸ੍ਰੀ ਆਜ ਜਹਾਂ ਸੰਤ ਬਾਬਾ ਮਿਹਰਬਾਨ ਸਿੰਘ ਜੀ ਕੀ ਆ ਬਰਸੀ ਸਮਾਗਮ, ਪੁੰਨਿਆ ਦੇ ਸਮਾਗਮ 'ਤੇ ਆਏ ਹੈ। ਵਾਂ ਅੱਜ ਸੰਤ ਬਾਬਾ ਈਸ਼ਰ ਸਿੰਘ ਜੀ, ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਕੇ ਜੋ ਸੇਵਕ ਥੇ, ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਅੱਜ ਉਨਕੀ ਵੀ ਬਰਸੀ ਕਾ ਦਿਨ ਹੈ। ਪਿਆਰ ਸੇ ਜਪੋ ਸ੍ਰੀ ਨਾਨਕ ਸਰ ਕਲੇਰਾਂ। ਬਹੁਤ ਬੜੇ ਪੱਧਰ 'ਤੇ ਇਹ ਸਮਾਗਮ ਉੱਧਰ ਸੰਤ ਬਾਬਾ ਲੱਖਾ ਸਿੰਘ ਜੀ ਔਰ ਮਹਾਂਪੁਰਖ ਮਿਲ ਕੇ ਕਰ ਰਹੇ ਹੈ। ਗੁਰੂਦੇਵ ਕਿਰਪਾ ਕਰੇ, ਹਮ ਸਭ ਕੀ ਹਾਜ਼ਰੀ ਆਪਣੇ ਚਰਨੋਂ ਮੇ ਲਗਾਏ। ਧੰਨ ਗੁਰੂ ਨਾਨਕ ਸਾਹਿਬ ਜੀ। ਆਓ ਜਿਹੜਾ ਸਮਾਂ ਬਾਕੀ ਹੈ, ਸਾਰੇ ਮਿਲ ਕੇ ਇੱਕ ਵਾਰੀ ਅਰਦਾਸ ਕਰੇ ਸਤਿਗੁਰੂ ਜੀ। ਕੈਸੇ ਗੁਰ ਕੋ ਬਲ ਬਲ ਜਾਈਏ, 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 ਐਸੇ ਗੁਰ ਕੋ ਬਲ ਬਲ ਜਾਈਏ। ਰੋ ਕਿਰਪਾ ਐਸੇ ਗੁਰ ਕੋ ਸਿੰਘ। ਆਓ ਕਰੇ ਅਰਦਾਸ ਗੁਰੂ ਨਾਨਕ ਦੇ ਚਰਨਾਂ ਵਿੱਚ, ਆਪ ਮੁਕਤ ਮੋਹਿ ਤਾਰੇ, ਐਸੇ ਗੁਰ ਕੋ, ਸਾਰੇ ਜਪੋ ਨਾ, ਐਸੇ ਗੁਰ ਕੋ ਬਲ ਬਲ ਜਾਈਏ, ਬਲਿਹਾਰ ਜਾਈਏ ਗੁਰੂ ਨਾਨਕ ਤੋਂ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ, ਮੇਰੇ ਵਰਗੇ ਪਾਪੀ ਕੋ ਵੀ ਤਾਰੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜਿੱਥੇ ਪੁੰਨਿਆਂ ਦੇ ਪੁੰਨਾਂ ਨੂੰ ਭਾਗ ਲਾਣ ਆਇਆ, ਸੱਜਣ ਠੱਗ ਵਰਗੇ ਪਾਪੀਆਂ ਨੂੰ ਵੀ ਤਾਰਨ ਆਇਆ। ਤੇ ਪਾਤਸ਼ਾਹ ਅਸੀਂ ਵੀ ਸੱਜਣ ਠੱਗ, ਭੂਮੀਏ ਚੋਰ, ਕੋਡੇ ਰਾਖਸ਼, ਦੀਪਾਲਪੁਰ ਕੋਡੀ, ਅਸੀਂ ਵੀ ਉਸੇ ਪਾਲਟੀ ਦੇ ਬੰਦੇ ਹਾਂ, ਸਾਨੂੰ ਵੀ ਤਾਰ ਲੈ ਅੱਜ, ਅੱਜ ਪੂਰਨਮਾਸ਼ੀ ਦਾ ਦਿਨ ਹੈ। ਪਿਆਰ ਨਾਲ ਜਪੋ ਸ੍ਰੀ,
ਆਪ ਮੁਕਤ ਮੋਹੇ ਤਾਰੇ ਕੀ ਜਬ ਆਵਾਜ਼ ਆਵੇ ਤਾਂ ਸਾਰੇ ਬਾਵਾਂ ਉੱਚੀਆਂ ਕਰਕੇ ਬੋਲੋ ਗੁਰੂ ਨਾਨਕ ਮੋਹੇ ਤਾਰੇ ਮੋਗੇ ਤਾਰੇ ਆਪ ਮੁਕਤ ਮੋਹੇ ਤਾਰੇ ਆਪ ਮੁਕਤ ਮੋਹੇ ਤਾਰੇ ਆਪ ਮੁਕਤ ਮੋਹੇ ਤਾਰੇ ਐਸੇ ਗੁਰ ਕੋ ਬਲਬਲ ਜਾਈਏ ਕਰੋ ਕਿਰਪਾ ਐਸੇ ਗੁਰ ਕੋ ਬਲਬਲ ਜਾਈਏ ਨਿਰਪਤਿ ਨਮਸਕਾਰੇ ਨਾਰਾਇਣ ਨਿਰਪਤਿ ਨਮਸਕਾਰੇ ਨਾਰਾਇਣ ਨਿਰਪਤਿ ਨਮਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਆਪ ਮੁਕਤ ਆਪ ਮੁਕਤ ਮੋਹੇ ਤਾਰੇ ਐਸੇ ਗੁਰ ਕੋ ਬਲ ਬਲ ਜਾਈਏ ਜਪੋ ਐਸੇ ਗੁਰ ਕੋ ਬਲ ਬਲ ਜਾਈਏ ਕਵਨ ਕਵਨ ਗੁਣ ਕਹੀਏ ਕਵਨ 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 ਗੁਣ ਕਹੀਏ ਅੰਤ ਨਹੀਂ ਕਛ ਪਾਰੇ ਤੇਰੇ ਕਵਨ ਕਵਨ ਤੇਰੇ ਕਵਨ ਕਵਨ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਪਰਨ ਨ ਸਾਕੋ ਠਾਕੁਰ ਊਚ ਭਗਵਾਨ ਤੂੰ ਠਾਕੁਰ ਊਚ ਭਗਵਾਨ ਗਿਆਨ ਧਿਆਨ ਕਿਛ ਕਰਮ ਨ ਜਾਣਾ ਕਿਛ ਕਰਮ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਸਭ ਤੇ ਵੱਡਾ ਸਤਿਗੁਰ ਨਾਨਕ
ਸਭ ਤੇ ਵੱਡਾ ਸਤਿ ਗੁਰੂ ਨਾਨਕ, ਸਭ ਤੇ ਵੱਡਾ ਸਤਿ ਗੁਰੂ ਨਾਨਕ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਆਪ ਮੁਕਤ ਆਪ ਮੁਕਤ ਮੋਹੇ ਤਾਰੇ, ਤੇ ਗੁਰ ਕੋ ਬਾਬਾ ਹਲ ਬਲ ਜਾਈਏ, ਧੰਨ ਗੁਰੂ ਨਾਨਕ ਸਾਹਿਬ ਜੀ, ਐਸੇ ਗੁਰ ਕੋ ਹਲ ਬਲ ਜਾਈਏ, ਗਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਸਾਹਿਬ ਗੁਣੀ ਨਿਧਾਨਾ, ਗਵਨ 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 ਗੁਣ ਕਹੀਏ, ਗਵਨ 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 ਗੁਣ ਕਹੀਏ, ਅੰਤ ਨਹੀਂ ਕਿਛ ਪਾਰੇ, ਲੱਖ 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 ਕਈ ਕੋਰੇ, ਲੱਖ ਲੱਖ ਕਈ ਕੋਰੇ, ਕੋ ਹੈ ਐਸੋ ਵਿਚਾਰੇ, ਐਸੋ ਵਿਚਾਰੇ, ਆਪ ਮੁਕਤ ਮੋਹੇ ਤਾਰੇ, ਆਪ ਮੁਕਤ ਮੋਹੇ ਤਾਰੇ, ਆਪ ਮੁਕਤ ਮੋਹੇ ਤਾਰੇ, ਤਾਰੇ ਤਾਰੇ, ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਸਾਰੇ ਜਪਿਓ ਬਲ ਬਲ ਜਾਈਏ, ਬਿਸਮ ਬਿਸਮ ਹੀ ਪਈ ਹੈ, ਬਿਸਮ 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 ਹੀ ਪਈ ਹੈ, ਬਿਸਮ ਹੀ ਪਈ ਹੈ, ਲਾਲ ਗੁਲਾਲ ਰੰਗਾਰੇ, ਲਾਲ ਗੁਲਾਲ ਰੰਗਾਰੇ, ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈ ਹੈ, 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 ਜੋ ਚਾਖ ਗੁੰਗਾ ਮੁਸਕਾਰੇ, ਜੋ ਚਾਖ ਗੁੰਗਾ ਮੁਸਕਾਰੇ, ਆਪ ਮੁਕਤ
ਆਪ ਮੁਕਤ ਮੋਹੇ ਤਾਰੇ ਆਪ ਮੁਕਤ ਮੋਹੇ ਤਾਰੇ ਸਾਰੇ ਜਪੋ ਐਸੇ ਗੁਰ ਕੋ ਬਲਬਲ ਜਾ ਗੁਰ ਕੋ ਬਲਬਲ ਜਾਈਏ 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 ਐਸੇ ਗੁਰ ਕੋ ਐਸੇ ਗੁਰ ਕੋ ਐਸੇ ਗੁਰ ਕੋ ਬਲਬਲ ਜਾਈਏ ਐਸੇ ਗੁਰ ਕੋ ਬਲਬਲ ਜਾਈਏ ਆਪ ਮੁਕਤ ਮੋਹੇ ਤਾਰੇ ਆਪ ਮੁਕਤ ਮੋਹੇ ਤਾਰੇ ਆਪ ਮੁਕਤ ਮੋਹੇ ਤਾਰੇ ਬਲਿਹਾਰੀ ਗੁਰ ਆਪਣੇ ਬਲਿਹਾਰੀ ਗੁਰ ਆਪਣੇ ਬਲਿਹਾਰੀ ਗੁਰ ਆਪਣੇ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਤਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਹ ਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਆਪ ਮੁਕਤ ਮੁਕਤ ਮੋਹੇ ਤਾਰੇ ਆਪ ਮੁਕਤ ਮੋਹੇ ਤਾਰੇ ਐਸੇ ਗੁਰ ਕੋ ਬਲਬਲ ਜਾਈਏ ਗੁਰੂ ਕਿਰਪਾ ਐਸੇ ਗੁਰ ਕੋ ਬਲਬਲ ਜਾਈਏ ਵਾਹਿਗੁਰੂ ਧਨ ਵਾਹੇ ਗੁਰੂ ਵਾਹੇ ਗੁਰੂ ਧਨ ਧਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸ੍ਰੀ ਵਾਹੇ ਗੁਰੂ ਵਾਹੇ ਗੁਰੂ ਧਨ ਵਾਹੇ ਗੁਰੂ ਵਾਹੇ ਗੁਰੂ ਧਨ ਵਾਹੇ ਗੁਰੂ ਵਾਹੇ ਗੁਰੂ
ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਹੋਏ ਤਾਰੇ ਆਪ ਮੁਕਤ ਹੋਏ ਤਾਰੇ ਆਪ ਮੁਕਤ ਮੋਹੇ ਤਾਰੇ ਬਲ ਬਲ ਜਾ ਰੋ ਕਿਰਪਾ ਸਾਰੇ ਐਸੇ ਗੁਰ ਕੋ ਆਓ ਹਾਜ਼ਰੀਆਂ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਸਾਹਿਬ ਜੀ ਕੋ ਸਬਸੇ ਬੜਾ ਕਿਉਂ ਕਹਾ ਹੈ ਬਾਣੀ ਮੈਂ ਗੁਰੂ ਨਾਨਕ ਜੀ ਕੇ ਪਾਸ ਜਿਤਨੀ ਨਿਮਰਤਾ ਹੈ ਨਾ ਇਤਨੀ ਨਿਮਰਤਾ ਔਰ ਕਿਸੀ ਕੇ ਪਾਸ ਨਹੀਂ ਪਿਆਰ ਸੇ ਜਪੋ ਸ੍ਰੀ ਨਿਮਰਤਾ ਅਕਾਲ ਪੁਰਖ ਪਰਮਾਤਮਾ ਕਾ ਖਜ਼ਾਨਾ ਹੈ ਔਰ ਜਿਸ ਕੇ ਪਾਸ ਜਿਤਨੀ ਜ਼ਿਆਦਾ ਨਿਮਰਤਾ ਹੋਗੀ ਉਹ ਉਤਨਾ ਬੜਾ ਹੋਗਾ ਇਸ ਲਈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਗੁਰੂ ਨਾਨਕ ਜੀ ਕੀ ਨਿਮਰਤਾ ਕੀ ਇੱਕ ਬਾਤ ਸੁਣਾਤਾ ਕਿਉਂਕਿ 10 ਮਿੰਟ ਬਾਕੀ ਰਹਿ ਗਏ ਹੈ ਸਮਾਪਤੀ ਵੀ ਇੱਕ ਸ਼ਬਦ ਔਰ ਵੀ ਸੰਗਤ ਕੀ ਤਰਫ ਸੇ ਹੁਕਮ ਹੋ ਰਿਹਾ ਹੈ ਪਿਆਰ ਸੇ ਜਪੋ ਸ੍ਰੀ ਧੰਨ ਗੁਰੂ ਨਾਨਕ ਸਾਹਿਬ ਜੀ ਜਾ ਰਹੇ ਥੇ ਗੁਰੂ ਨਾਨਕ ਜੀ ਕਾ ਕੀਰਤਨੀਆ ਭਾਈ ਮਰਦਾਨਾ ਪੀਛੇ ਪੀਛੇ ਰਬਾਬ ਲੈ ਕੇ ਆ ਰਿਹਾ ਥਾ ਇੱਕ ਘੋੜੇ ਪੇ ਸਵਾਰ ਇਨਸਾਨ ਆਇਆ ਕਈਓ ਕੋ ਅੱਛਾ ਨਹੀਂ ਲੱਗਤਾ ਜਬ ਵੋ ਸੰਤ ਕਾ ਦਰਸ਼ਨ ਕਰਤੇ ਹੈ ਨਾ ਉਨਕੇ ਮੱਥੇ ਪੇ ਵੱਟ ਪੜ ਜਾਤੇ ਪਿਆਰ ਸੇ ਜਪੋ ਸ੍ਰੀ ਸੰਤ ਦੇਖ ਮੱਥੇ ਵੱਟ ਪਾਵੇਂ ਤੇ ਨਰ ਹੋਤ ਬਾਰੂ ਕੇ ਬਿੱਲੇ ਉਸਕੋ ਪਤਾ ਨਹੀਂ ਕਿਆ ਹੁਆ ਮਰਦਾਨੇ ਕੋ ਦੇਖ ਕੇ ਉਹਨੇ ਘੋੜੇ ਪੇ ਚੜ੍ਹਾ ਪੀਛੇ ਸੇ ਆਇਆ ਔਰ ਭਾਈ ਮਰਦਾਨੇ ਕੋ ਜ਼ੋਰ ਸੇ ਲਾਤ ਮਾਰੀ ਔਰ ਕਹਾ ਕੁਰਾਈਏ ਦੇ ਡੂਮ ਰਾਹ ਛੋੜ ਕੇ ਚੱਲ ਕੁਰਾਈਆ ਉਸਕੋ ਬੋਲਤੇ ਹੈ ਜੋ ਲੋਕੋਂ ਕੋ ਗਲਤ ਰਸਤੇ ਡਾਲਤਾ ਹੈ ਗੁਰੂ ਨਾਨਕ ਜੀ ਕੋ ਕੁਰਾਈਆ ਕਹਾ ਉਸਨੇ ਮਰਦਾਨੇ ਕੋ ਲੱਤ ਮਾਰੀ ਮਰਦਾਨਾ ਗਿਰ ਗਿਆ ਜਬ ਗਿਰਾ ਤਾਂ ਰਬਾਬ ਵੀ ਗਿਰੀ ਰਬਾਬ ਕੀ ਤਾਰੇ ਵਜੀ ਤੋ ਗੁਰੂ ਨਾਨਕ ਜੀ ਨੇ ਮੁੜ ਕੇ ਦੇਖਿਆ ਪਿੱਛੇ ਅੰਤਰਜਾਮੀ ਸਤਿਗੁਰੂ ਹੱਸ ਕੇ ਕਹਿਣੇ ਲੱਗੇ ਮਰਦਾਨਿਆ ਬਈ ਧਿਆਨ ਸੇ ਚੱਲੀਦਾ ਦੇਖਾ ਨਾ ਠੋਕਰ ਲੱਗ ਗਈ ਮਰਦਾਨੇ ਨੇ ਕਿਹਾ ਬਾਬਾ ਮੈਂ ਆਪਣੇ ਆਪ ਨਹੀਂ ਗਿਰਿਆ ਉਹ ਜੋ ਘੋੜੇ ਪੇ ਜਾ ਰਿਹਾ ਨਾ ਉਹ ਮੁਝੇ ਲਾਤ ਮਾਰ ਕੇ ਗਿਆ
पर चोट बड़ी जोर से लगी है। उठ मर्दानियां सावधान हो, जिन्होंने प्रचार करना होता है उनको लातें भी खानी पड़ती हैं। प्यार से जपो श्री। बाबे ने मर्दाने दी पग बंधी, रबाब चुक के दीती, लै मर्दानियां सावधान हो। बाबा चलिया नहीं जाता, चोट बड़ी जोर से लगी। कोई मर्दानियां कितने लगी आ? आखिया अंदर, अंदर की चोट है। लत मार के गया, उसका कोई दुख नहीं, पर जेड़ी बोली बोल गया है ना, कुराइए दे डूम। मैं तो हाँ ही डूम, मैं तो हाँ ही रबाबी, पर तुझे कुराइया कहा। जो दुनिया को भले रस्ते डालने आया है, जो दुनिया को सच के मार्ग डालने आया है, जो दुनिया के लोगों को परमात्मा से जोड़ने आया है, उसको कुराइया बोलता है, गलत रस्ते पे डालने वाला बोलता है। बाबा बड़ी चोट लगी है, आज अपने कीर्तनीय की रचना को वरदान दे दे, मैं जो बोलू ना वो सच हो जाए। मर्दानिया जे मैं तुझे वरदान दे दूं तू क्या कहेगा? बोला मैं यही कहूंगा, वो जेड़ा लात मार के गया ना घोड़े पे सवार, जा भगवान तुझे वहां मारे जहां तुझे पानी भी ना मिले। वो घोड़े पे जान वाले सवार, रब तेरा बेड़ा गर्क करे। मैं तो ये बोलूं, गुरु नानक साहब हंस के बोले, मर्दानिया हम लोगों के बेड़े डोबने नहीं आए, हम तो तारने आए हैं। प्यार से बोलो श्री। मर्दानिया तू मेरा कीर्तनी है ना, एक बात आज मेरी मान जा। गुरु नानक बोले मर्दाने को, जे शक उसने तुझे लात मारा है, तुझे बुरा भी बोला है, पर तू एक बारी कह दे हो घोड़े ते जान वाले सवार, रब तेरा भला करे। बाबा वो लाते मारे को बोल बोले ते मैं आखा तेरा भला होवे, ये कभी नहीं हो सकता। आज अपने कीर्तनीय को दे दे शक्ति, बस थोड़ी देर के लिए ही दे दे। मैं तो वो बोलूं, वो घोड़े ते जान वाले सवार, तुझे रब वहां मारे जहां तुझे पानी भी नसीब ना हो। नहीं मर्दानिया हम लोगों का भला करने आए हैं, मेरा वचन मान, एक बारी कह दे, गुस्सा छोड़, कह दे एक बारी, ओ घोड़े ते जान वाले सवार, ओ जाने तू लात भी मारी फिर भी रब तेरा भला करे। मर्दाना कहने लगा, बाबा मेरे से नहीं होगा ये बात, मेरे से नहीं होगी। वो लात मार के गया, तू बोलता है भला कर। मर्दानिया मेरा तीजा वचन है। मर्दाना भी डर गया, बाबे का तीजा वचन कैसे उलट दूं? अच्छा बाबा मेरा मन तो नहीं कहता, पर तेरा कहना मान के कह देता हूं, ओ घोड़े ते जान वाले सवार, कोई नहीं तूने लात भी मारी बुरा भी बोला मुझे, जा फिर भी रब तेरा भला करे। प्यार से बोलो श्री। नानक नाम चढ़दी कला, तेरे बाणे सरबत का भला। कई बोल बोल जाते हैं, कई निंदा कर जाते हैं, भाई उनका तो काम ही निंदा करना है, तेरा काम तो सिफत करना है, तेरा काम तो इस ईश्वर की भक्ति करना है।
अब जेडी ड्यूटी निरंकार ने उसकी लगाई है निंदा करने की, वो कर रहा है, तेरा ड्यूटी लाई है तू अपना कीर्तन कर, प्यार से जपो श्री मर्दानिया, तू कीर्तन कर, उनका काम ही निंदा करने का। कबीर जी कहते हैं जो हमारी निंदा करता है वो हमें बड़ा अच्छा लगता है, जैसे माँ अपने बच्चे का मल मूत्र हाथों से साफ करती है ना, निंदक अपनी रसना से साफ कर रही है। प्यार से बोलो श्री, वो जैसे ही गुरु बाबे दा बुलाया मर्दाना बोलिया, वो घोड़े पे जा रहा था ना, पता नहीं क्या हुआ, घोड़े को लगा ठुड्डा, घोड़ा गिर गया, वो भी धरती पे गिरा, घोड़ा तो गिरते ही मर गया। प्यार से बोलो श्री, काठी थी कीमती उसने उतार ली, अब ऊपर डाल के काठी वापस आ रहे है उसी रास्ते से जहां से गुरु नानक जी और बाला मर्दाना जा रहे थे। मर्दाने ने देखा वो तो वही है जिसने मारिया सी ठुड्डा और बोला था कुराइये दे डूम राह छोड़ के चल, बोलिया बाबा आ गई या कब्जे बिच, वो अकेला है हम तीन हैं, तू और बाला दोनों इसकी बावें पकड़ लो ना, ते मैं रबाब दिया दो चार ठोकरा इसके सिर पे मारा, कलेजा बड़ा सड़ रहा है। प्यार से बोलो श्री, बड़ा दुखी किया इसने, आज नहीं छोड़ना, आज काबू आ गया। मर्दानिया रबाब की ठोकर ऐसे मत मार, तू रबाब बजा ते मैं बाणी गावा। प्यार से बोलो श्री, गुरु नानक बोले मर्दानिया तू रबाब बजा ते मैं बाणी दी नाल इसके मन को ऐसी ठोकर लगाऊं कि इसका जो मन निंदक है ना वो इसका मन सत्संगी बन जाए। प्यार से जपो श्री, ये बुराई का रास्ता छोड़ के अच्छाई पे चलने लगे। तमर्दा ने रबाब बजाया, गुरु नानक का इलाही गला खुलिया, बाबे ने शब्द उचारिया, कमर कटारा बंकरा बंके का असवार, कमर कटारा बंकरा बंके का असवार, गर्भ न कीजे नानका मत सिर आवई भार। प्यार से जपो श्री, गुरु नानक बोले गर्भ ना कर अहंकार ना कर ऐ इंसान, तू मेरे कीर्तनियों नु लत मार गए, तू मेरे कीर्तनियों को बोल 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 के गया, ये तो घोड़ा ठोकर खा के गिर गया मर गया, तू भी तो मर सकता था, पर मैंने अपने कीर्तनिये से कवा दिया, रब तेरा भला करे, तूने तो जो पाप किया था तुझे सारे नरकों का भार तेरे सिर पे आना था, पर मैं घोड़े की काठी का भार तेरे पे डाल के नरकों के भार से तुझे मुक्त कर दिया। क्योंकि मेरे कीर्तनिये ने कह दिया जा रब तेरा भला करे। प्यार से जपो श्री, वो काठी एक पासे रख के जिसने लात मारी थी ना मर्दाने नु, वो गुरु नानक के चरणों पे डिग गया, बाबा मैं भूल गया, मर्दाना जी मैं भूल गया, गुरु नानक बोले तू भूलिया ते मैं तेनू बख्शिया।
प्यार से बोलो श्री, मैं किसी का लेखा नहीं की करना, जो कह देगा एक बारी प्यार से मन करके मेरी शरण में आके सच्चे मन से खड़ा होके एक बारी कह देगा गुरु नानक मैं भूल गया, मैं उसके सारे गुना बख्श दियांगा, आज पूर्णमासी का दिन है, अरदास करो गुरु नानक साडियां भी भूलां बख्श दे, सानू भी चरना नाला सब हम सब को आज नाम दी दात दे, अमृत वेले जागण दी दात दे, हमें गुरमुखों का मेल करा, हमें सत्संगत का मेल करा, हमें उन संत जनों का मेल करा जिनकी संगत कीतियां हमको चित आवे श्री गुरु नानक की ये उदार जोत तुम्हारी सिख मत स
ਸਭ ਬੂਤ ਤੁਮਾਰੀ ਮੰਦਿਰ ਸ਼ਾਮਾਂ ਤੇਰੇ ਸਿੱਧ ਮਤ ਸਭ ਬੂਤ ਤੁਮਾਰੀ ਮੰਦਿਰ ਸ਼ਾਮਾਂ ਤੇਰੇ ਤੁਝ ਬਿਨ ਅਵਰ ਨ ਜਾਣ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਤੇਰੇ ਸਾਹਿਬਾ 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 ਮੇਰੇ ਸਾਹਿਬਾ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੰਤ ਸਭ ਸ਼ਰਨ ਤੁਮਾਰੀ ਚਿੰਤ ਤੁਧ ਪਾਸੇ ਜੋ ਤੁਧ ਭਾਵੇ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਜੋ ਤੁਧ ਭਾਵੇ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਸਾਹਿਬਾ ਸਾਹਿਬਾ ਸਾਰੇ ਮਿਲ ਕੇ ਕਹੋ
ਮੇਰੀ ਹਰ ਕ੍ਰਿਸ਼ਨ ਤੇ ਆਈ ਹੈ, ਜਿਸ ਜਿੱਥੇ ਸਭ ਦੁੱਖ ਜਾਏ, ਸਭ ਦੁੱਖ ਜਾਏ, ਦੇਖ ਬਹਾਦਰ ਸਿਮਰੀਏ, ਦੇਖ ਬਹਾਦਰ ਸਿਮਰੀਏ, ਘਰ ਨੋ ਨਿਤ ਆਵੇ ਤਾਏ, ਘਰ ਨੋ ਨਿਤ ਆਵੇ ਤਾਏ, ਸਭ ਥਾਈ ਹੋਏ ਸਹਾਏ, ਕ੍ਰਿਸ਼ਨ ਤੇ ਆਈ ਹੈ, ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ। ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਬਾਬਾ ਜੀ ਦਾ, ਮਹਾਰਾਜ ਜੀ ਦਾ, ਮੁਨੀ ਸਾਹਿਬ ਜੀ, ਸਮੂਹ ਮਹਾਂਪੁਰਖਾਂ ਦਾ, ਆਈਆਂ ਰੱਬ ਰੂਪ ਸੰਗਤਾਂ ਦਾ ਧੰਨਵਾਦ। ਅਸਥਾਨ ਸੰਤ ਬਾਬਾ ਥਾਇਰਾ ਸਿੰਘ ਜੀ, ਸੰਤ ਬਾਬਾ ਮਿਹਰਬਾਨ ਸਿੰਘ ਜੀ, ਉਲਾਸ ਨਗਰ, ਬਹੁਤ ਸੰਗਤ ਯਹਾਂ ਪਿਆਰ ਵਾਲੀ। ਇਹ ਬਚਨ ਕਥਾ ਹਿੰਦੀ ਮੇਂ ਇਸ ਲਈ ਕਰਨੀ ਪੜੀ ਕਿਉਂਕਿ ਬਹੁਤ ਗੁਰੂ ਨਾਨਕ ਕੀ ਪਿਆਰੀਆਂ ਸਿੰਧੀ ਸੰਗਤ, ਜੋ ਗੁਰੂ ਨਾਨਕ ਸਾਹਿਬ ਜੀ ਕੇ ਚਰਨੋਂ ਸੇ ਅਤ ਪਿਆਰ ਕਰਤੀ ਹੈ, ਔਰ ਬਹੁਤ ਠੇਠ ਪੰਜਾਬੀ ਯਹਾਂ ਕੇ ਲੋਕ ਨਹੀਂ ਸਮਝ ਸਕਦੇ ਮਹਾਰਾਸ਼ਟਰਾ ਕੇ। ਹਿੰਦੀ ਮੇਂ ਬੋਲਨੇ ਕਾ ਯਤਨ ਕੀਆ, ਅਨੇਕਾਂ ਗਲਤੀਆਂ, ਭੁੱਲਾਂ, ਬੇਦਵੀਆਂ ਹੋਈਆਂ ਹੋਣਗੀਆਂ। ਸਤਿਗੁਰੂ ਜੀ ਬਖਸ਼ ਲੈਣ, ਗੁਰੂ ਕੀ ਸੰਗਤ ਬਖਸ਼ ਲਵੇ। ਫਿਰ ਜਬ ਸਤਿਗੁਰੂ ਜੀ ਯਹਾਂ ਲਾਏਂਗੇ, ਰਸਨਾ ਸੇ ਆਪਕੇ ਜੋੜੇ ਛਾੜੇਂਗੇ। ਅੱਜ ਮਹਾਂਪੁਰਸ਼ੋਂ ਕਾ ਦਿਨ, ਸੰਤ ਬਾਬਾ ਮਿਹਰਬਾਨ ਸਿੰਘ ਜੀ ਕਾ, ਔਰ ਸਾਥ ਮੇਂ ਗੁਰੂ ਨਾਨਕ ਸਾਹਿਬ ਜੀ ਕਾ ਪੂਰਨਮਾਸ਼ੀ ਕਾ ਦਿਨ। ਅਗਲੀ ਪੂਰਨਮਾਸ਼ੀ ਕੱਤਕ ਪੂਰਨਮਾਸ਼ੀ ਹੈ, ਜਿਹਨੂੰ ਵੱਡੀ ਪੁੰਨਿਆ ਬੋਲਦੇ ਹੈ ਬਾਬਾ ਜੀ, ਜਿਸ ਦਿਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਾ ਅਵਤਾਰ ਹੋਇਆ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵੱਡੀ। ਇੱਕ ਮਹੀਨਾ ਬਾਕੀ ਰਹਿ ਗਿਆ, ਸਤਿਗੁਰੂ ਜੀ ਦੇ ਅੱਗੇ ਅਰਦਾਸ ਹੈ ਸਤਿਗੁਰੂ ਜੀ ਕੇ ਚਰਨਾਂ ਵਿੱਚ, ਸੇਵਕ ਸੰਗਤਾਂ ਕੋ ਸਭ ਕੋ, ਸਤਿਗੁਰੂ ਜੀ ਅੰਮ੍ਰਿਤ ਵੇਲੇ ਦਾ ਜਾਗਣਾ, ਨਾਮ ਦਾਨ ਇਸ਼ਨਾਨ ਦ੍ਰਿੜ ਕਰਾਏ। ਗੁਰੂ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਤੋਂ ਕੇ ਬਤਾਏ ਮਾਰਗ ਪੇ ਹਮ ਚਲੇ। ਗੁਰੂ ਕਿਰਪਾ ਕਰੇ, ਬਹੁਤ ਹੀ ਪਿਆਰੇ ਸੰਤ ਜਸ ਕੀਰਤ ਸਿੰਘ ਬਾਬਾ ਜੀ, ਸੰਤ ਤ੍ਰਿਲੋਚਨ ਸਿੰਘ ਜੀ ਜੋ ਸੇਵਾ ਨਿਭਾ ਰਹੇ ਹੈ ਯਹਾਂ ਅਸਥਾਨ ਕੀ, ਸਤਿਗੁਰੂ ਜੀ ਮਹਾਂਪੁਰਸ਼ੋਂ ਕੇ ਪਰਿਵਾਰ ਕੋ ਸਦਾ ਚੜ੍ਹਦੀਆਂ ਕਲਾਂ ਬਖਸ਼ੇ, ਔਰ ਜੋ ਨਾਮਧਾਰੀ ਸੰਪਰਦਾ ਕੇ ਸੰਤ ਆਏ ਉਨਕਾ ਵੀ ਧੰਨਵਾਦ। ਸੰਤ ਬਾਬਾ ਚਰਨਜੀਤ ਸਿੰਘ ਜੀ ਦਿੱਲੀ ਸੇ ਆਏ ਉਨਕਾ ਵੀ ਧੰਨਵਾਦ। ਭਾਈ ਮਨਜੀਤ ਸਿੰਘ ਜੀ, ਸਾਹਿਲ ਜੀ, ਗੁਰੂ ਕੇ ਪਿਆਰੇ ਦਲੀਪ ਸਿੰਘ ਜੀ, ਸਭ ਸੰਗਤ ਕਾ ਦਾਸ ਰੋਮ ਰੋਮ ਕਰਕੇ ਧੰਨਵਾਦ ਕਰਤਾ ਹੈ। ਯਹਾਂ ਕੇ ਜਿਤਨੇ ਵੀ ਕੀਰਤਨੀ ਹੈ ਸਭ ਕਾ ਧੰਨਵਾਦ। ਬੁੱਲਾਂ ਚੁੱਕਾਂ ਦੀ ਖਿਮਾ, ਭਾਈ ਹੀਰਾ ਸਿੰਘ ਜੀ ਸਾਰਾ ਪਰਿਵਾਰ, ਭਾਈ ਪ੍ਰੇਮ ਜੀ ਕਾ ਪਰਿਵਾਰ ਨੌਸਾਰੀ ਸੇ ਆਏ ਹੈ। ਗੁਰੂਦੇਵ ਕਿਰਪਾ ਕਰੇ, ਸਭ ਸੰਗਤ ਕੀ ਹਾਜ਼ਰੀ, ਸਭ ਪਰਿਵਾਰੋਂ ਕੀ, ਦੇਸ਼ੋਂ ਵਿਦੇਸ਼ੋਂ ਮੇਂ ਸੰਗਤ ਜੋ ਟੀ ਵੀ ਚੈਨਲ ਕੇ ਮਾਧਿਅਮ ਸੇ ਘਰੋਂ ਮੇਂ ਬੈਠ ਕੇ ਦਰਸ਼ਨ ਕਰ ਰਹੀ ਹੈ, ਕੀਰਤਨ ਸੁਣ ਰਹੀ ਹੈ ਸਤਿਗੁਰੂ ਜੀ ਕਾ,
santbani.com पे भी ये समागम चल रहा है। सतगुरु सबकी हाजिरियाँ लगाएं, सतगुरु जी हमें बुरे कर्मों से बचाएं, अच्छे मार्ग पे चलाएं, यही अरदास है। सबका भला मांगे हम, नानक नाम चढ़दी कला, तेरे भाणे सरबत का भला। बाबा फरीद बोलता है, फरीदा बुरे दा भला कर, गुस्सा मन ना हंडाए, देही रोग न लग गई, पल्ले सब किछ पाए। जो तेरा बुरा कर रहे हैं ना, तो उनका भी भला मना। प्यार से बोलो श्री गुरु, कृपा करे जो बुराइयां करें परमात्मा उनको भी सुमति दे, सत के मार्ग पे वो चलें, संगत की सेवा करें, अच्छे काम करें। बुल्ला चुका दी खिमा।